ਫਿਰ ਵੀ ਮਨਾਉਣਾ ਤੇਰਾ ਵੱਡੇ, ਜੇ ਫਿਰ ਸਾਡਾ ਦਿਲ ਟੁੱਟਿਆ, ਅਸੀਂ ਫਿਰ ਵੀ ਮਨਾਉਣਾ ਤੇਰਾ ਵੱਡੇ, ਭਾਵੇਂ ਸਾਡਾ ਦਿਲ ਟੁੱਟਿਆ ਨੀ। ਕੀ ਹਾਲ ਹਾਲ ਨੇ ਦੋਸਤੋ, ਟੀਪੂ ਸੁਲਤਾਨ ਭਾਈ ਦਾ ਗਾਣਾ ਹੁਣੇ ਆਇਆ ਆ, ਭਾਵੇਂ ਸਾਡਾ ਦਿਲ ਟੁੱਟਿਆ। ਕੁੜੀ ਜਿੱਦਾਂ ਕਿ ਗੁੱਸਾ ਜ਼ਿਆਦਾ ਕਰਦੀ ਸੀ ਅਤੇ ਭਾਈ ਪੈਗ ਪੁੱਗ ਲਾਉਂਦੇ ਸੀਗੇ, ਅਤੇ ਭਾਬੀ ਹੋ ਗਈ ਨਾਰਾਜ਼। ਭਾਬੀ ਕਹਿੰਦੀ ਯਾਰ ਦੋਸਤਾਂ ਨਾਲ ਪੈਗ ਬੋਲਾਂਦਾ ਤੂੰ, ਅਤੇ ਤੇਰਾ ਔਖਾ ਕਰਕੇ ਖਰਚਾ ਬਹੁਤ ਖਰਾਬ ਕਰਦਾ ਤੂੰ। ਕਹਿੰਦਾ ਖਰਚਾ ਤਾਂ ਵਾਧੂ ਮੈਂ, ਜੇ ਆਪਾਂ 1000 ਰੁਪਏ ਦੀ ਬਲੈਂਡ ਬਾਈਡ 20 ਰੁਪਏ ਦਾਰੂ ਪੀ ਲਈ ਹੈਗੀ ਆ, ਤਾਂ 15000-20000 ਤਾਂ ਸਾਡੇ ਬੁੱਟੂ ਜੁੱਦਾ ਪਿਆ ਐਕਸਟਰਾ, ਜਿਹਨੂੰ ਆਪਾਂ ਕਦੇ ਵੀ ਖਰਚ ਸਕਦੇ ਹਾਂ, ਅਤੇ ਬਾਕੀ ਬੈਂਕਾਂ 'ਚ ਲੱਗ ਪਏ ਨੇ। ਭਾਬੀ ਮੰਨੀ ਨਹੀਂ, ਭਾਬੀ ਕਹਿੰਦੀ ਨਾ ਬੇਟਾ ਨਾ। ਅਤੇ ਹੁਣ ਭਾਬੀ ਜਨਮ ਹੈਗਾ ਆ ਜੀ, 23 ਮਾਰਚ ਨੂੰ ਭਾਬੀ ਦਾ ਜਨਮ ਦਿਨ ਆ ਗਿਆ ਆ, ਅਤੇ ਭਾਬੀ ਦਾ ਜਨਮ ਦਿਨ ਭਾਜੀ ਨੇ ਮਨਾਉਣਾ ਆ, ਅਤੇ ਇਸ ਕਰਕੇ ਭਾਜੀ ਕਹਿੰਦੇ ਮੈਂ ਜਨਮਦਿਨ ਮਨਾਉਣਾ ਚਾਹੇ ਮੇਰਾ ਦਿਲ ਟੁੱਟਿਆ। ਅਤੇ ਆਹ ਗਾਣੇ ਦੀ ਲਾਈਨ ਸੁਣ ਲਓ, ਗਾਣਾ ਸੁਣੋ ਤੁਸੀਂ ਭਾਜੀ ਕੀ ਕਹਿੰਦੇ ਨੇ। ਉਹ ਅਸੀਂ ਫਿਰ ਵੀ ਮਨਾਉਣਾ ਤੇਰੇ ਵੱਡੇ, ਭਾਵੇਂ ਸਾਡਾ ਦਿਲ ਟੁੱਟਿਆ, ਅਸੀਂ ਫਿਰ ਵੀ ਮਨਾਉਣਾ ਤੇਰਾ ਵੱਡੇ, ਭਾਵੇਂ ਸਾਡਾ ਦਿਲ ਟੁੱਟਿਆ ਨੀ। ਤਾਂ ਦੋਸਤੋ ਇੱਕ ਗੱਲ ਇਹ ਆ ਕਿ ਰਿਲੇਸ਼ਨਸ਼ਿਪ ਕਦੀ ਵੀ ਜਿੱਦਾਂ ਕੁੜੀ ਦੀ ਫੀਲਿੰਗ ਅਤੇ ਮੁੰਡੇ ਦੀ ਫੀਲਿੰਗ ਆ, ਕਿਸੇ ਦੇ ਮਨ ਵਿੱਚ ਕੀ ਆ, ਹੁਣ ਮੰਨ ਲਓ ਤੁਹਾਡੇ ਮਨ 'ਚ ਕੀ ਆ, ਆਪਣੇ ਘਰਦੇ ਆ ਰਹੇ, ਆਪਣੀ ਸਹੇਲੀ ਆ ਰਹੇ, ਆਪਣੀ ਗਰਲਫ੍ਰੈਂਡ ਵਾਲੇ, ਆਪਣੀ ਵਾਈਫ ਬਾਰੇ, ਜਾਂ ਆਪਣੇ ਭੈਣ ਬਾਰੇ, ਜਾਂ ਮੇਰੀ ਕੀ ਫੀਲਿੰਗ ਆ ਮੇਰੇ ਸਹੇਲੀ ਬਾਰੇ, ਜਾਂ ਮੇਰੇ ਕਿਸੇ ਦੋਸਤ ਬਾਰੇ, ਮੇਰੀ ਵਾਈਫ ਬਾਰੇ, ਉਹ ਕੋਈ ਨਹੀਂ ਦੱਸ ਸਕਦਾ। ਹੁਣ ਭਾਬੀ ਆ, ਭਾਬੀ ਵਿਚਾਰੀ ਗੁੱਸਾ ਕਰਦੀ ਆ, ਹਾਂ ਇਹ ਗੱਲ ਆ, ਭਾਈ ਕਹਿੰਦਾ ਦਿਲ ਟੁੱਟਿਆ, ਭਾਈ ਨੇ ਜਿਸ ਦਿਨ ਜਨਮ ਦਿਨ ਮਨਾਉਣਾ ਨਾ, ਭਾਬੀ ਨੂੰ ਮਨਾ ਹੀ ਲੈਣਾ ਆ, ਭਾਬੀ ਨੂੰ ਮਨਾ ਹੀ ਲੈਣਾ ਜਿਸ ਦਿਨ ਭਾਈ ਨੇ ਉਹਦਾ ਜਨਮਦਿਨ ਮਨਾਉਣਾ, ਅਤੇ ਭਾਬੀ ਨੇ ਮੰਨ ਵੀ ਜਾਣਾ, ਪਤਾ ਬੰਦਾ ਵਧੀਆ ਬੰਦਾ ਮਾੜਾ ਨਹੀਂ ਹੈਗਾ। ਤਾਂ ਗਾਣੇ ਦਾ ਆਹ ਜਿਹੜਾ ਹੈਗਾ ਨਾ ਟੱਪਾ, ਤੁਸੀਂ ਥੋੜ੍ਹਾ ਜਿਹਾ ਆਹ ਵੀ ਸੁਣ ਲਓ, ਗਾਣਾ ਬਹੁਤ ਵਧੀਆ ਆ। ਉਹ ਤੇਰੀ ਗੱਲ ਬਹੁਤ ਸੁਣਦੇ ਨੇ ਯਾਰੇ, ਭਾਵੇਂ ਸਾਡਾ ਦਿਲ ਟੁੱਟਿਆ, ਸਾਡੀ ਗੱਲਬਾਤ ਜਿੱਥੇ ਹੁੰਦੀ ਨਹੀਂ ਹੋਰ ਨਹੀਂ, ਸਾਨੂੰ ਦੱਸਦੇ ਆ ਬੰਦੇ ਸਾਰੀ ਗੱਲ ਬਹੁਤ ਨਹੀਂ। ਤਾਂ ਦੋਸਤੋ ਇਸ ਗਾਣੇ ਨੂੰ ਕੱਢਣ ਦਾ ਇੱਕੋ ਮਤਲਬ ਆ ਕਿ ਜ਼ਿੰਦਗੀ ਵਿੱਚ ਘਾਟਾ ਵਾਧਾ ਹੁੰਦਾ ਰਹਿੰਦਾ, ਅਤੇ ਜਿਹੜੇ ਰਿਲੇਸ਼ਨਸ਼ਿਪ ਆ, ਜਿਹਨਾਂ 'ਚ ਪਿਆਰ ਹੋਵੇ, ਭਰੋਸਾ ਹੋਵੇ, ਤਾਂ ਭਾਵੇਂ ਲੱਖ ਵਾਰੀ ਲੜੀਏ ਤਾਂ ਅਸੀਂ ਮਿਲ ਤਾਂ ਜਾਣਾ ਹੀ ਆ। ਇਸ ਕਰਕੇ ਭਾਈ ਬਰਥਡੇ ਪਾਰਟੀ ਮਨਾ ਰਹੇ ਭਾਬੀ ਦੀ, ਅਤੇ ਤੁਸੀਂ ਵੀ ਇੰਜੋਏ ਕਰੋ, ਗਾਣਾ ਬਹੁਤ ਵਧੀਆ ਆ। ਕਲੱਬ ਸੌਂਗ ਆ, ਕਲੱਬਾਂ ਵਿੱਚ ਨਜਾਓ, ਗੱਡੀਆਂ ਵਿੱਚ ਪੱਚੋ, ਘਰਾਂ ਵਿੱਚ ਬੂਫਰਾਂ 'ਚ ਲਾਓ, ਅਤੇ ਭਾਵੇਂ ਹੈੱਡਫੋਨ ਲਾ ਕੇ ਸੁਣੋ, ਇੰਜੋਏ ਪੂਰਾ ਕਰੋ, ਆਪਣੀ ਸਿਹਤ ਦਾ ਖਿਆਲ ਰੱਖੋ, ਅਤੇ ਭਰਾ ਦੇ ਚੈਨਲ ਨੂੰ ਵੀ ਲਾਈਕ ਐਂਡ ਸਬਸਕ੍ਰਾਈਬ ਕਰ ਦਿਆ ਕਰੋ, ਇੱਦਾਂ ਤੁਹਾਨੂੰ ਆਪਾਂ ਗਾਣੇ ਰਿਵਿਊ ਦਿੰਦੇ ਰਹਾਂਗੇ ਕਿ ਗਾਣਾ ਕਿਉਂ ਬਣਾਇਆ ਅਤੇ ਕੀ ਚੱਕਰ ਆ। ਬਾਕੀ ਜੇ ਤੁਸੀਂ ਉੱਦਾਂ ਕਹੋਗੇ ਕਿ ਟੈਕਨੋਲੋਜੀ ਚੀਜ਼ਾਂ ਵੀ ਦੱਸ ਕੇ ਗਾਣੇ ਵਿੱਚ ਕਿੰਨੀ ਰੋਬ ਆ, ਕਿੰਨੀ ਆਟੋ ਟਿਊਨ ਆ, ਕਿਹੜਾ ਮਿਊਜ਼ਿਕ ਆ, ਅਤੇ ਉਹ ਚੀਜ਼ਾਂ ਵੀ ਦੱਸ ਦਾਂਗੇ, ਕਿਉਂਕਿ ਲੇਕਿਨ ਰਿਵਿਊ ਤੁਹਾਨੂੰ ਆਪਾਂ ਇਹ ਲੋਕਲੀ ਪਾਉਣਾ ਕਿ ਜਿਹੜਾ ਤੁਹਾਡੀ ਸਮਝ ਆ ਜਾਵੇ। ਪਰਸਨਲ ਜਾਵਾਂਗੇ ਤਾਂ ਫਿਰ ਤੁਸੀਂ ਕਹੋਗੇ ਯਾਰ ਕੀ ਬੋਲੀ ਜਾਂਦਾ, ਤੁਹਾਨੂੰ ਸਮਝ ਨਹੀਂ ਆਉਂਦੀ। ਧੰਨਵਾਦ ਜੀ।